मानयोग श्री हरीश दयामा जी IPS SSP गुरदासपुर जी के दिशा निर्देशों अनुसार असी जिहड़ा हैगा आ फैसटिवल के जिहड़े दिन आ रहे ने उहदे दौरान असी रेलवे स्टेशन बस स्टैंड ते बाजारां च वी सिरे मॉर्निंग फ्लैग कीता सी मार्च फ्लैग ते इहदे च असी मेन गल हैगी आ किसी भी अपने शहर नूं अनसुहानी घटना तो वापर तो रोकना लोगों के ये विश्वास दिवाना कि पंजाब पुलिस जी उन्हां दी जिहड़ी आ हिफाजत लई जिहड़ी आ हाजर आ ते जिहड़े माड़े अंसर ने जिहड़े इन्हां दिनां दे विच कोई ना कोई माड़ा इंसीडेंट करन दी तांग च रहिंदे आ उन्हां नूं इक वार्निंग देण वास्ते कि पुलिस जिहड़ी हर जगह हाजिर आ इस करके कोई इदां दी गतिविधि ना करन जिहड़ी कानून दे खिलाफ़ होवे। इस दौरान ही असीं अज्ज स्पैशल जिहड़ी हैगी आ पहलां बस स्टैंड की चैकिंग की नाल साडे एंटी सिक्योरिटी है मैं ते SHO साहब रल के उत्थे SP हैडक्वार्टर साहब ने भी किया सी। ਇਹ ਸਿਰਫ ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਕਰਨ ਲਈ ਔਰ ਆਪਣੇ ਗੁਰਦਾਸਪੁਰ ਸ਼ਹਿਰ ਨੂੰ ਜਿਹੜਾ ਹੈਗਾ ਆ ਬਿਲਕੁਲ ਕਿਸੇ ਵੀ ਅਨਸਨ ਘਟਨਾ ਤੋਂ ਬਚਾਉਣ ਲਈ ਜਿਹੜਾ ਅਸੀਂ ਹੈਗਾ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਲਈ ਕਰ ਰਹੇ ਹਾਂ। ਕਿਹੜੀ ਰੇਲਾਂ ਚੱਕੀ ਦੇਣਗੇ ਜੀ ਕਿਹੜੇ ਜਾਤੀ? ਅਸੀਂ ਹੁਣ ਇੱਕ ਆ ਰਹੀ ਹੈ ਟ੍ਰੇਨ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਨੂੰ ਉਹ ਵੀ ਚੈੱਕ ਕਰਨ ਲੱਗੇ ਹਾਂ। ਪਹਿਲਾਂ ਜਿਹੜਾ ਹੈਗਾ ਇਹਦਾ ਪਲੇਟਫਾਰਮ ਉਹ ਚੈੱਕ ਕੀਤਾ ਜੀ ਅਤੇ ਬੱਸ ਸਟੈਂਡ 'ਚ ਵੀ ਅਸੀਂ ਬੱਸਾਂ ਬੱਸ ਸਟੈਂਡ 'ਚ ਜਿਹੜੀਆਂ ਦੁਕਾਨਾਂ ਸੀ ਉੱਥੇ ਸਾਈਕਲ ਸਟੈਂਡ ਸੀ ਉਹ ਵੀ ਚੈੱਕ ਕੀਤਾ ਅਤੇ ਇਸੇ ਤਰ੍ਹਾਂ ਅਸੀਂ ਸ਼ਹਿਰ ਦੇ ਵਿੱਚ ਵੀ ਇਹ ਜਿਹੜਾ ਅਭਿਆਨ ਆ ਇਹ ਕਰਦੇ ਰਵਾਂਗੇ। ਵੈਸੇ ਵੀ ਅੱਜ ਪੰਜਾਬ 'ਚ ਸਾਰਾ ਜਿਹੜਾ ਅਭਿਆਨ ਇੱਕੋ ਸਮੇਂ 'ਚ ਚੱਲ ਰਿਹਾ ਹੈ ਸਾਰੀਆਂ ਥਾਵਾਂ 'ਤੇ ਹੀ ਸਾਰੇ ਡਿਸਟ੍ਰਿਕਟਾਂ 'ਚ ਹਰ ਜਗ੍ਹਾ ਇਹ ਜਿਹੜੀ ਚੈਕਿੰਗ ਹੋ ਰਹੀ ਹੈ। ਨਸ਼ੇ ਨੂੰ ਠੱਲ ਪਾਉਣ ਲਈ ਜਾਂ ਹੋਰ ਜਿਹੜੇ ਕਿਵੇਂ ਲੋਕ ਨੂੰ ਠੱਲ ਪਾਉਣ ਦੇ ਲਈ ਰਾਤ ਨੂੰ ਕਿਦਾਂ ਚੈਕਿੰਗ ਕੀਤੀ ਜਾਂਦੀ ਹੈ ਕਿੰਨੇ PCR ਮਲਾ ਜਿਹੜੇ ਕੰਮ ਕਰਦੇ? ਰਾਤ ਨੂੰ ਸਾਡੇ 8 PCR ਚੱਲ ਰਹੇ ਨੇ ਨਾਲ 3 QRT ਚੱਲ ਰਹੀਆਂ ਨੇ। ਹੋਰ ਵੀ ਸਾਡੀ ਪੁਲਿਸ ਜਿਹੜੀ ਆ ਪੈਟਰੋਲਿੰਗ ਕਰਦੀ ਆ ਇੱਕ ਪਾਰਟੀ ਉਹਦੇ 'ਚ ਅਸੀਂ ਕਰ ਰਹੇ ਹਾਂ। ਅਸੀਂ ਹੁਣ ਅਸੀਂ ਸ਼ਹਿਰ ਕੱਲ੍ਹ ਤੋਂ ਇੱਕ ਨਵਾਂ ਸਿਸਟਮ ਸ਼ੁਰੂ ਕਰਨ ਲੱਗੇ ਹਾਂ ਕਿ ਅਸੀਂ ਹਰ ਇੱਕ ਵਿੰਗ ਨੂੰ ਇੱਕ ਮਹੱਲਾ ਦੇਵਾਂਗੇ। ਉਹ ਉੱਥੋਂ ਦੇ ਜਿੰਨੇ ਵੀ ਹੈਗੇ ਨੇ ਡਰੱਗ ਵਗੈਰਾ ਲੈਂਦੇ ਨੇ ਉਹਨਾਂ 'ਚ ਵਿਸ਼ਵਾਸ ਪੈਦਾ ਕਰਕੇ ਉਹਨਾਂ ਦੇ ਨਸ਼ੇ ਛਡਾਉਣਗੇ ਪਲੱਸ ਜਿਹੜੇ ਡਰੱਗ ਵੇਚਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਅਤੇ ਇਹਦੋਂ ਇਲਾਵਾ ਇਨਸਾਨੀਅਤ ਨਾਤੇ ਵੀ ਇੱਕ ਤਰੀਕਾ ਦੋਸਤੀ ਨਾਤੇ ਵੀ ਇੱਕ ਤਰੀਕਾ ਵਰਤਿਆ ਜਾਵੇਗਾ। ਜੇਕਰ ਉਹ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਕੰਮਾਂ 'ਤੇ ਵੀ ਲਵਾਵਾਂਗੇ ਅਤੇ ਆਪਣੀ ਸੁਪਰਵੀਜ਼ਨ 'ਚ ਵੀ ਹਰ ਟਾਈਮ ਰੱਖਾਂਗੇ। ਸਰ ਜਿਸ ਚੈਕਿੰਗ ਕੀਤੀ ਜਾਏਗੀ ਅਸੀਂ ਉਹ ਫਿਰ ਉਹ ਜਿਹੜੀ ਟੀਮ ਲਾਵਾਂਗੇ ਜਿੱਦਾਂ ਮੰਨ ਲਓ ਇੱਕ ਟ੍ਰੈਫਿਕ ਪੁਲਿਸ ਨੂੰ ਇੱਕ ਵਿੰਗ ਦੇ ਦਿੱਤਾ ਇੱਕ SHO ਸਾਹਿਬ ਨੂੰ ਉਹਨਾਂ ਦੀ ਥਾਣਾ ਸਿਟੀ ਨੂੰ ਇੱਕ ਵਿੰਗ ਦੇ ਦਿੱਤਾ ਇੱਕ PCR ਨੂੰ ਦੇ ਦਿੱਤਾ ਇੱਕ ਨਾਰਕੋਟਿਕ ਸੈੱਲ ਨੂੰ ਦੇਵਾਂਗੇ। ਇਸ ਤਰ੍ਹਾਂ ਵੱਖਰੇ ਵੱਖਰੇ ਵਿੰਗਾਂ ਨੂੰ ਇੱਕ ਇੱਕ ਜਾਂ ਦੋ ਦੋ ਮਹੱਲੇ ਦੇਵਾਂਗੇ ਜਿੱਥੇ ਸਾਨੂੰ ਪਤਾ ਜਾਂ ਇਨਫੋਰਮੇਸ਼ਨ ਆਉਂਦੀ ਆ ਵੀ ਹਾਂ ਇੱਥੇ ਡਰੱਗ ਵਿਕਦੀ ਹੈ ਜਾਂ ਬੱਚੇ ਐਡਿਕਟ ਹੈਗੇ ਆ ਉੱਥੇ ਅਸੀਂ ਇਸ ਤਰੀਕੇ ਨਾਲ ਵੰਡ ਕੇ ਦਿਨ 'ਚ ਕੋਈ 4 ਵਾਰੀ 5 ਵਾਰੀ 2 ਵਾਰੀ ਜਿੰਨੀ ਵੀ ਜ਼ਰੂਰਤ ਪਈ ਉਨੀ ਵਾਰੀ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਸਮੇਂ ਸਮੇਂ 'ਤੇ ਚੈਕਿੰਗ ਕਰਕੇ ਨਸ਼ੇ ਤੋਂ ਸਾਰਿਆਂ ਨੂੰ ਮੁਕਤ ਕਰਾਵਾਂਗੇ।